ਆ ਦੇਖ ਸਕਦੇ ਤੁਸੀਂ ਪਾਣੀ ਬਾਹਰ ਜੰਮ ਗਿਆ, ਲੈ ਉੱਪਰੋਂ ਸਾਰੀ ਜੰਮੀ ਆ। ਹੁਣ ਇੱਦਾਂ ਦੇ ਪਾਣੀ ਨਾਲ ਮੂੰਹ ਹੱਥ ਧੋਣਾ, ਠੰਡਾ ਵੀ ਪਾਣੀ। ਤੁਸੀਂ ਵਰਲਡ ਦਾ ਜਿਹੜਾ ਹਾਈਐਸਟ ਪੋਸਟ ਆਫਿਸ ਆ ਆਇਆ, ਇੱਥੇ ਸਾਡਾ ਰੂਮ ਆ, ਕਿੰਨੀ ਲਾਗੇ ਸਾਨੂੰ ਰੂਮ ਮਿਲਿਆ। ਆਹ ਹੈਗੀ ਟੋਇਲਟ, ਦੇਖੋ ਤੁਸੀਂ ਦੇਖ ਸਕਦੇ ਆ, ਬਹੁਤ ਜ਼ਿਆਦਾ ਡੂੰਘਾ ਥੱਲੇ ਪੱਟਿਆ ਹੋਇਆ। ਇੱਥੇ ਬੈਠੋ, ਇੱਥੇ ਕਰੋ, ਥੱਲੇ ਮਿੱਟੀ ਆ, ਇੱਥੋਂ ਬੋਰਾ ਚੱਕੋ, ਬੋਰੇ ਦੇ ਵਿੱਚੋਂ ਫਿਰ ਮਿੱਟੀ ਸਿੱਟੋ। ਕੋਈ ਪਾਣੀ ਨਹੀਂ, ਕੋਈ ਕੁਛ ਨਹੀਂ ਯੂਜ਼ ਕਰ ਸਕਦੇ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ 'ਚ, ਨਵੇਂ ਬਲੌਗ ਦੇ ਵਿੱਚ। ਅੱਜ ਦੇ ਬਲੌਗ 'ਚ ਆਪਾਂ ਪਹੁੰਚੇ ਹੋਏ ਹਾਂ ਇੱਕ ਵਰਲਡ ਦਾ ਹਾਈਐਸਟ ਪੋਸਟ ਆਫਿਸ ਆ ਜਿਹੜਾ। ਸਵੇਰ ਦੇ ਹੋ ਚੁੱਕੇ ਆ ਜੀ 6:47, ਤੁਸੀਂ ਦੇਖ ਸਕਦੇ ਹਾਂ ਬਹੁਤ ਮੰਦਾ ਹਾਲ ਆ। ਰਾਤੀ ਉੱਥੇ ਗੱਡੀ ਲਾਈ ਸੀ ਅਸੀਂ, ਸਾਨੂੰ ਰਾਸਤਾ ਹੀ ਨਹੀਂ ਲੱਭਦਾ ਸੀ ਅਤੇ ਸਮਝ ਨਹੀਂ ਸੀ ਆਉਂਦੀ ਸੀ, ਉੱਥੇ ਕਿਤੇ ਘੁੰਮਦੇ ਫਿਰਦੇ ਸੀਗੇ ਅਤੇ ਰਾਹ ਨਹੀਂ ਲੱਭਦਾ ਰਾਤ ਨੂੰ, ਕਿਉਂਕਿ ਰਾਹ ਹੈ ਹੀ ਨਹੀਂ ਕੋਈ। ਆ ਦੇ ਸਕਦੇ ਕਿਹੜਾ ਰਾਹ ਕਿਹੜਾ ਨਹੀਂ। ਫਿਰ ਲੋਕਲ ਦਾ ਬੰਦਾ ਸੀਗਾ, ਉਹਨੂੰ ਅਸੀਂ ਨਾਲ ਲਿਆਂਦਾ ਅਤੇ ਉਹ ਸਾਡੇ ਨਾਲ ਬਹਿ ਕੇ ਇੱਥੇ ਸਾਨੂੰ ਛੱਡ ਕੇ ਗਿਆ। ਚਲੋ ਸਵੇਰ ਸਵੇਰੇ ਦੇ ਲਓ, ਠੰਡੀਆਂ ਹਵਾਵਾਂ ਚੱਲਦੀਆਂ, ਇੱਥੇ ਹਵਾ ਚੱਲਦੀ ਹੀ ਰਹਿੰਦੀ ਆ, ਬੁਰੇ ਹਾਲ ਆ। ਅਤੇ ਤੁਹਾਨੂੰ ਮੈਂ ਹੁਣ ਆਪਣਾ ਥੋੜ੍ਹਾ ਰੂਮ ਦਿਖਾਉਣਾ ਆ, ਕਿੱਦਾਂ ਦਾ ਸਾਡਾ ਰੂਮ ਮਿਲਿਆ ਇੱਥੇ, ਕਿੱਦਾਂ ਨਹੀਂ। ਹੋਮ ਸਟੇਅ ਵੀ ਮਿਲਦੀ ਇੱਥੇ, ਹੋਟਲ ਹੋਟਲ ਦਾ ਕੋਈ ਜੁਗਾੜ ਨਹੀਂ ਹੈਗਾ। ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੀ ਆਪਾਂ, ਲਓ ਜੀ, ਠੰਡ ਇੰਨੀ ਕੁ ਜ਼ਿਆਦਾ ਆ ਵੀ ਗੱਲ ਹੀ ਛੱਡ ਦਿਓ। ਹੁਣ ਨੈਟਵਰਕ ਹੈ ਨਹੀਂ, ਤਾਂ ਤੁਹਾਨੂੰ ਟੈਂਪਰੇਚਰ ਦੱਸ ਦਿੰਦਾ ਕਿੰਨਾ ਆ। ਅਤੇ ਬਾਕੀ ਇੱਦਾਂ ਆ, ਸਭ ਤੋਂ ਜਿਹੜਾ ਮੇਨ ਇੱਥੇ ਔਖਾ ਕੰਮ ਆ, ਜਿਹੜੇ ਆਪਾਂ ਸਵੇਰ ਨੂੰ ਸਵੇਰੇ ਫਰੈਸ਼ ਹੁੰਦੇ ਹਾਂ, ਟੋਇਲਟ ਕਰਦੇ ਹਾਂ, ਉਹ ਇੱਥੇ ਉਹ ਨਹੀਂ ਹੁੰਦੀਆਂ। ਵਜ੍ਹਾ ਵੀ ਤੁਹਾਨੂੰ ਦੱਸ ਦਿੰਦੇ ਹਾਂ, ਦੇਖੋ ਆਹ ਹੈਗੀ ਟੋਇਲਟ, ਦੇਖੋ ਤੁਸੀਂ ਦੇਖ ਸਕਦੇ, ਆ ਬਹੁਤ ਜ਼ਿਆਦਾ ਡੂੰਘਾ ਥੱਲੇ ਪੱਟਿਆ ਹੋਇਆ। ਇੱਥੇ ਬੈਠੋ, ਇੱਥੇ ਕਰੋ, ਥੱਲੇ ਮਿੱਟੀ ਆ, ਇੱਥੋਂ ਬੋਰਾ ਚੱਕੋ, ਬੋਰੇ ਦੇ ਵਿੱਚੋਂ ਫਿਰ ਮਿੱਟੀ ਸਿੱਟੋ। ਕੋਈ ਪਾਣੀ ਨਹੀਂ, ਕੋਈ ਕੁਛ ਨਹੀਂ ਯੂਜ਼ ਕਰ ਸਕਦੇ। ਤੁਸੀਂ ਸੋਚਦੇ ਹੋ ਵੀ ਪਹਾੜਾਂ 'ਚ ਤਾਂ ਪਾਣੀ ਬਹੁਤ ਹੁੰਦਾ ਹੈ ਨਾ, ਵੀ ਪਹਾੜਾਂ 'ਚ ਪਾਣੀ ਕਿਉਂ ਨਹੀਂ ਯੂਜ਼ ਕਰ ਸਕਦੇ। ਵਜ੍ਹਾ ਇਹੀ ਆ ਵੀ ਜਦੋਂ ਇੱਥੇ ਬਰਫ਼ ਪੈਂਦੀ ਆ, -30 -25 ਟੈਂਪਰੇਚਰ ਹੁੰਦਾ, ਉਦੋਂ ਬਰਫ਼ ਮਤਲਬ ਪਾਣੀ ਵੀ ਹੁੰਦਾ ਜਿਹੜਾ ਜੰਮ ਜਾਂਦਾ ਨਾ, ਵਜ੍ਹਾ ਇਹੀ ਆ। ਫਿਰ ਆਹੀ ਯੂਜ਼ ਕਰਨਾ ਪੈਂਦਾ ਆਹੀ ਚੀਜ਼। ਹੁਣ ਤੁਹਾਨੂੰ ਰੂਮ ਦਾ ਟੂਰ ਦਿੰਦੇ ਹਾਂ, ਸਾਡਾ ਰੂਮ ਦੇਖ ਸਕਦੇ ਤੁਸੀਂ। ਲਓ ਜੀ, ਇੱਥੇ ਮੈਂ ਰਾਤੀ ਸੁੱਤਾ ਸੀਗਾ, ਬਾਕੀ ਆ ਸਾਰੇ ਭਾਜੀ ਹੁਣੀ ਇੱਧਰ, ਭਰਾ ਸਾਰੇ ਇੱਥੇ ਪਏ ਹੋਏ ਆ, ਸਾਡਾ ਸਮਾਨ ਦੇ ਸਕਦੇ। ਇੱਥੇ ਇੱਦਾਂ ਹੀ ਮਿਲਦਾ ਬੈੱਡ, ਤੁਹਾਨੂੰ ਉੱਚਿਆਂ ਨਹੀਂ ਮਿਲਣੇ। ਇੱਥੇ ਲੱਕੜ ਲੱਗੀ ਆ ਥੱਲੇ, ਦੇਖ ਸਕਦੇ ਤੁਸੀਂ, ਆਹ ਲੱਕੜ ਆ, ਆਹ ਉੱਪਰ ਗੱਦਾ ਪਿਆ, ਅਤੇ ਆਹੀ ਰੂਮ ਆ ਸਾਡੇ। ਬਾਕੀ ਇੱਧਰੋਂ ਰੂਮ ਦਾ ਵਿਊ ਦੇਖ ਸਕਦੇ ਜੀ ਬਾਹਰਲਾ। ਇੱਥੇ ਬਿਲਕੁਲ ਬੈਕ ਸਾਈਡ 'ਤੇ ਪੋਸਟ ਆਫਿਸ ਆ, ਜਿੱਥੇ ਅਸੀਂ ਜਾਣਾ ਤੁਹਾਨੂੰ ਦਿਖਾਉਣਾ ਨਾ। ਬਾਕੀ ਇਹਦੇ ਪੈਸੇ ਬਹੁਤ ਮੰਗਦੇ ਸੀ, 5,000 ਰੁਪਇਆ ਕਹਿੰਦੇ ਸੀ ਇੱਕ ਰੂਮ ਦਾ, ਅਸੀਂ ਕਰਾ ਕੇ 2,500 ਰੁਪਈਏ 'ਤੇ ਮਨਾਇਆ। ਬਾਕੀ ਇੱਦਾਂ ਆ, ਤਿਆਰ ਹੁੰਦੇ, ਰੈਡੀ ਸ਼ੈਡੀ ਹੁੰਦੇ, ਫਿਰ ਨਿਕਲਦੇ ਹਾਂ, ਤੁਹਾਨੂੰ ਮਿਲਦੇ ਅੱਗੇ ਜਾ ਕੇ। ਬਾਕੀ ਚਾਹ ਪਾਣੀ ਪੀਵਾਂਗੇ, ਠੀਕ ਆ ਜੀ, ਬਣੇ ਰਹੋ ਵਲੌਗ ਦੇ ਨਾਲ। ਆ ਦੇਖ ਸਕਦੇ ਤੁਸੀਂ, ਪਾਣੀ ਬਾਹਰ ਜੰਮ ਗਿਆ, ਲੈ ਉੱਪਰੋਂ ਸਾਰੀ ਜੰਮੀ ਆ। ਹੁਣ ਇੱਦਾਂ ਦੇ ਪਾਣੀ ਨਾਲ ਮੂੰਹ ਹੱਥ ਧੋਣਾ, ਠੰਡਾ ਵੀ ਪਾਣੀ ਨਹੀਂ ਮਿਲਦਾ ਇੱਥੇ। ਹੁਣ ਗਰਮ ਕਰਕੇ ਦੇਣਗੇ ਕਿ ਨਹੀਂ, ਹੁਣ ਜਾਣਦੇ ਨਹੀਂ। ਹੁਣ ਇਹ ਪਾਣੀ ਯੂਜ਼ 'ਚ ਕਰਨਾ ਆਪਾਂ, ਸਾਰਾ ਜੰਮਿਆ ਦੇਖੋ, ਦੇਖ ਸਕਦੇ ਕਿੱਦਾਂ ਬਰਫ਼ ਜੰਮੀ ਹੋਈ ਆ। ਬਾਹਰ ਸੀ ਨਾ ਤਾਂ ਕਰਕੇ, ਹੁਣ ਤੁਸੀਂ ਹਿਸਾਬ ਲਾ ਲਓ ਵੀ ਗਰਮੀਆਂ 'ਚ ਇੰਨੀ ਠੰਡ ਆ, ਅਤੇ ਸਾਲਾਂ 'ਚ ਕੀ ਬਣਦਾ ਹੋਊਗਾ, ਹੈ ਨਾ। ਦੇਖ ਲਓ ਇੰਨੀ ਠੰਡ ਦੇ ਵਿੱਚ, ਚਲੋ ਪਾਣੀ ਜੰਮਿਆ ਪਿਆ ਨਹੀਂ, ਠੰਡ 'ਚ ਕਿੱਦਾਂ ਗਾਂ ਰਹੀ ਹੋਊਗੀ। ਬਾਹਰ ਹੀ ਪੁੱਛਾਂਗੇ ਇਹਨਾਂ ਨੂੰ ਵੀ ਇਹ ਗਾਵਾਂ ਠੰਡ ਲੱਗਦੀ ਕਿ ਨਹੀਂ ਲੱਗਦੀ, ਕਿਉਂਕਿ ਰਾਤੀ ਅਸੀਂ ਆਏ ਸੀ 12:00-1 ਵਜੇ ਬਾਹਰ, ਅਤੇ ਇੱਦਾਂ ਹੀ ਘੁੰਮਦੀ ਪਈ ਸੀ ਗਾਂ। ਬਾਕੀ ਨਾਲ ਦੇ ਸਾਡੇ ਉੱਠਣ ਨਹੀਂ ਦੇ, ਕਿਉਂਕਿ ਰਾਤੀ ਲੇਟ ਸੁੱਤੇ ਹਾਂ। ਆਂਟੀ ਨੇ ਮੈਗੀ ਦੇ ਦਿੱਤੀ ਸੀ ਰਾਤੀ, ਹੁਣ ਸਵੇਰੇ ਦੇਖੋ ਚਾਹ ਚੂਹ ਦਿੰਦੀ ਕਿ ਨਹੀਂ। ਲਓ ਵੀ ਮਿੱਤਰੋ, ਆਂਟੀ ਆ, ਇਹਨਾਂ ਦੇ ਘਰ 'ਚ ਆਪਾਂ ਰੁਕੇ ਹੋਏ ਹਾਂ, ਇਸ ਟਾਈਮ ਧਾਰਾ ਕੱਢਦੇ ਆ। ਪੁੱਛਿਆ ਜੀ ਮੈਂ ਕਿਹਾ ਗਾਂ ਨੂੰ ਠੰਡ ਤਾਂ ਲੱਗਦੀ, ਕਹਿੰਦੇ ਇਹਨਾਂ ਨੂੰ ਲੱਗਦੀ ਹੈਗੀ ਇੱਦਾਂ ਹੀ ਆ ਇਹ। ਅਤੇ ਬਾਕੀ ਸਾਨੂੰ ਗਰਮ ਪਾਣੀ ਦੇਣ, ਬਰੱਸ਼ ਵਗੈਰਾ ਕਰਨ ਵਾਸਤੇ, ਬੁਰਸ਼ ਬੁਰਸ਼ ਕਰਨ ਵਾਸਤੇ ਪਾਣੀ ਦੇ ਦੇਣਾ ਇਹਨਾਂ ਨੇ, ਅਤੇ ਨਹਾਉਣ ਦਾ ਪਰ ਪੁੱਛਿਆ ਨਹੀਂ। ਇੱਧਰ ਨਹਾਉਣੇ ਦੀ ਜ਼ਰੂਰਤ ਨਹੀਂ ਪੜਦੀ ਅਗਰ ਨਹਾਉਣਾ ਹੋਤਾ ਫਿਰ ਆਂਟੀ, ਅਗਰ ਨਹਾਉਣਾ ਹੋ ਫਿਰ। ਵੈਸੇ ਤਾਂ ਹਮ ਨਹੀਂ ਨਹਾਏਗੇ, ਵੈਸੇ ਮਿਲ ਜਾ ਨਹਾਉਣੇ ਕਾ ਵੀ ਹੋ ਜਾਤਾ ਜੁਗਾੜ, ਗਰਮ ਪਾਣੀ ਮਿਲੇਗਾ ਹੈ ਨਾ। ਇਹ ਜੋ ਗਾਏ ਹੈ ਕਿਤਨਾ ਦੂਧ ਦੇਤੀ ਹੈ, ਇਹ 1.5 ਕਿਲੋ ਹੀ ਹੋਤਾ ਹੈ ਨਾ, ਸਹੀ ਆ ਫਿਰ।
ਇੱਧਰ ਜ਼ਿਆਦਾ ਖਾਣੇ ਕੇ ਲਈ ਵੀ ਨਹੀਂ ਹੈ ਨਾ, ਇਸ ਲਈ ਨਹੀਂ ਸਹੀ ਹੈ। ਉਹ ਵੀ ਮਿੱਤਰੋ ਬਰੱਸ਼ ਕਰਨ ਲਈ ਆਪਣਾ ਗਰਮ ਪਾਣੀ ਆ ਚੁੱਕਾ, ਠੰਡੇ ਪਾਣੀ 'ਚ ਤਾਂ ਹੱਥ ਮੈਂ ਧੋ ਲਿਆ ਭਰਾਵੋ, ਹੱਥ ਸੁੰਨ ਨਹੀਂ ਰਹੇ ਆ। ਆਂਟੀ ਗਾਂ ਨੂੰ ਕਿਤੇ ਬੰਨਣ ਚੱਲੀ ਜਿੱਥੇ ਘਾਹ ਘੂ ਮਾੜਾ ਮੋਟਾ ਹੋਣਾ ਨਾ, ਕਿਲੋ ਕੀ ਦੁੱਧ ਦਿੰਦੀਆਂ ਇੱਥੇ ਗਾਵਾਂ, ਕਿਉਂਕਿ ਇੱਥੇ ਪੱਠੇ ਪੁੱਠੇ ਤੁਹਾਡੇ ਸਾਹਮਣੇ ਦੇਖ ਲਓ ਕਿੰਨੇ ਕੁ ਕਿਤੇ ਹੈ ਹੀ ਨਹੀਂ, ਪਤਾ ਨਹੀਂ ਕਿੱਦਾਂ ਕੀ ਖਿਲਾਉਂਦੇ ਕੀ ਨਹੀਂ। ਉਹ ਵੀ ਚਾਹ ਵੀ ਆ ਗਈ ਆ, ਕੈਨੀ ਭਰ ਕੇ ਪੂਰੀ ਦੇਖ ਸਕਦੇ ਹਾਂ। ਆਹ ਬੋਤਲ ਵੀ ਸਪੈਸ਼ਲ ਹੀ ਲੱਗਦੀ ਕੋਈ ਮੈਨੂੰ, ਠੰਡੇ ਮੌਸਮ ਦੇ ਵਿੱਚ ਚਾਹ ਪੀਣ ਦਾ ਨਜ਼ਾਰਾ ਵੱਖਰਾ ਦੋਸਤੋ, ਇੱਦਾਂ ਦੇ ਮੌਸਮ 'ਚ ਚਾਹ ਪੀਣ ਦਾ ਨਜ਼ਾਰਾ ਵੱਖਰਾ। ਲਓ ਮਿੱਤਰੋ, ਇੱਦਾਂ ਵੀ ਹੁਣ ਇੱਥੋਂ ਆਪਾਂ ਦੇਖਾਂਗੇ ਵਰਲਡ ਦਾ ਹਾਈਐਸਟ ਪੋਸਟ ਆਫਿਸ, ਜੋ ਕਿ ਹੱਜ ਵੀ ਹੈਗਾ ਆ, ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ, ਡਾਂਕਰ ਮਿਨਿਸਟਰੀ ਵੀ ਆਉਂਦੀ ਰਾਸਤੇ 'ਚ, ਫਿਰ ਇੱਕ ਹੋਰ ਜਗ੍ਹਾ ਆਉਂਦੀ ਕੌਮਿਕ ਆਉਂਦਾ ਆ, ਅਤੇ ਫਿਰ ਹੋਰ ਵੀ ਦੋ ਚਾਰ ਜਗ੍ਹਾ, ਕਾਫੀ ਜਗ੍ਹਾ ਹੈਗੀਆਂ ਜਿੱਥੇ ਤਾਂ ਜਾਵਾਂਗੇ, ਤੁਹਾਨੂੰ ਐਕਸਪਲੋਰ ਕਰਨ ਜਾਵਾਂਗੇ, ਠੀਕ ਆ ਜੀ। ਅੱਜ ਸਾਡਾ ਇੱਦਾਂ ਟਾਰਗੇਟ ਹੈ ਵੀ ਅਸੀਂ ਸ਼ਿਮਲੇ ਜਾ ਕੇ ਰੁਕੀਏ, ਨਾਰਕੰਡੇ ਦੇ ਲਾਗੇ ਛਾਗੇ ਕਿਤੇ ਵੀ, ਕਿਉਂਕਿ ਘਰ ਤਾਂ ਅੱਜ ਪਹੁੰਚ ਨਹੀਂ ਹੋਣਾ। ਅੱਜ ਉੱਥੇ ਜਾਵਾਂਗੇ, ਉੱਥੇ ਰੂਮ ਲਵਾਂਗੇ, ਫਿਰ ਅਗਲੇ ਦਿਨ ਘਰ ਪਹੁੰਚਾਂਗੇ। ਆਪਾਂ ਸਮਾਨ ਚੱਕ ਲਿਆ ਆਪਾਂ, ਅਤੇ ਆਪਾਂ ਕਰ ਰਹੇ ਹਾਂ ਇਹਨੂੰ ਅਲਵਿਦਾ ਹੋਟਲ ਨੂੰ, ਹੋਟਲ ਕਹਿੰਦਾ ਹੋਮ ਸਟੇ ਨੂੰ। 9:02 ਹੋਏ ਆ ਜੀ, ਅਤੇ ਗੱਡੀ ਆਪਣੀ ਉਹ ਲੱਗੀ ਆ, ਅਤੇ ਪੋਸਟ ਆਫਿਸ ਆਪਾਂ ਜਾਣਾ ਆ, ਬਿਲਕੁਲ ਲਾਗੇ ਹੀ ਆ, ਦੂਰ ਵੀ ਹੈ ਨਹੀਂ, ਅਤੇ ਇੱਥੋਂ ਆਪਾਂ ਪੋਸਟ ਆਫਿਸ 'ਤੇ ਜਾ ਕੇ ਫਿਰ ਆਪਾਂ ਗਾਂਹ ਨਿਕਲਦੇ ਹਾਂ ਸਫ਼ਰ 'ਤੇ। ਕਿ ਆਪਾਂ ਖਾਧਾ ਪੀਤਾ ਕੁਛ ਨਹੀਂ ਹੈਗਾ, ਚਾਹ ਹੀ ਪੀਤੀ, ਆਂਟੀ ਨੇ ਚਾਹ ਦਿੱਤੀ ਸੀ, ਉਹ ਵਿੱਚ ਵਿੱਚੇ ਸੀਗੀ ਚਾਹ, ਜਿੱਦਾਂ ਇਨਕਲੂਡ ਹੀ ਸੀਗੀ ਹੈ ਨਾ, ਬਾਕੀ ਬਾਹਰੋਂ ਕੁਛ ਖਾਵਾਂਗੇ ਪੀਵਾਂਗੇ, ਇਹਨਾਂ ਕੋਲ ਤਾਂ ਮੈਗੀ ਮੁਗੀ ਆ, ਉਹ ਸਿਰ ਆਪਾਂ ਖਾਣੀ ਨਹੀਂ ਹੈਗੀ। ਅਸੀਂ ਇੱਦੀ ਗੱਡੀ ਲਿਆ ਕੇ ਲਾਤੀ ਆ, ਦੇਖੋ ਕਿੱਦਾਂ ਦੇ ਰਾਸਤੇ ਆ, ਸਾਨੂੰ ਤਾਂ ਪਤਾ ਵੀ ਨਹੀਂ ਲੱਗਦਾ ਸੀ ਰਾਹ ਕਿੱਧਰੋਂ ਕਿੱਧਰੋਂ ਨਹੀਂ, ਹੁਣ ਵੀ ਇੱਦੀ ਲਾਤੀ ਬਸ ਜਿੱਥੇ ਲੱਗ ਗਈ। ਮਿੱਤਰੋ, ਆਕਸੀਜਨ ਵਾਕਈ ਬਹੁਤ ਲੈਵਲ ਡਾਊਨ ਆ, ਮੈਨੂੰ ਇਕੱਲੇ ਨੂੰ ਸਾਹ ਚੜ੍ਹ ਸਕਦਾ ਨਾ, ਮੈਂ ਮੰਨਦਾ। ਆਹ ਦੇਖੋ ਆਹ ਮੁੰਡਾ, ਇਹਨੂੰ ਵੀ ਚੜ੍ਹਿਆ, ਆਹ ਵੀ ਆਉਂਦੇ ਪਏ, ਇੱਥੋਂ ਲੈ ਕੇ ਇੱਥੇ ਤੱਕ ਆਏ ਅਸੀਂ ਗੱਡੀ ਤੱਕ, ਅਤੇ ਦੇਖ ਭਾਈ ਸਾਹ ਚੜ੍ਹਿਆ ਨਾ, ਐਵੇਂ ਕਾਹਦੇ ਕਹਿਣਾ ਯਾਰ, ਚੜ੍ਹਦਾ ਨਾ ਸਾਹ ਭਾਜੀ ਤੁਰ ਕੇ, ਸਾਨੂੰ ਵੀ ਚੜ੍ਹਿਆ ਯਾਰ। ਕਿੰਨੀ ਕੁ ਵਾਟ ਆ, ਕੁਛ ਨਹੀਂ ਹੈਗੀ, ਉਚਾਈ ਬਹੁਤ ਆ ਨਾ ਯਾਰ, ਗੱਲ ਇਹ ਉਚਾਈ ਦੇ ਬਹੁਤ ਆਪਾਂ, ਪਤਾ ਕੀ ਚੱਕਰ ਆ ਭਾਜੀ ਨੂੰ ਆਕਸੀਜਨ ਤਾਂ ਦੇਣ ਦੇ, ਉੱਦਾਂ ਆਕਸੀਜਨ ਥੋੜ੍ਹੀ, ਜਿੱਦਾਂ ਨਾ ਭਾਈ ਦੀ ਆਕਸੀਜਨ ਪਤਾ ਨਹੀਂ ਲੈਵਲ ਘਟਿਆ ਜਾਂ ਨਹੀਂ, ਉੱਦਾਂ ਥੋੜ੍ਹੀ ਸਿਹਤ ਖਰਾਬ ਜਿਹੀ ਹੋਈ ਆ, ਜਿੱਦਾਂ ਸਿਰ ਦੁੱਖਦਾ ਉਲਟੀ ਆ ਰਹੀ ਵਾਰ ਵਾਰ, ਤਾਂ ਕਰਕੇ ਆਪਾਂ ਲਿਆਂਦਾ ਸੀ, ਆਪਾਂ ਕਿਹਾ ਯੂਜ਼ ਕਰ ਲਓ। ਕਿਹਾ ਜੀ, ਵਰਲਡ ਦੇ ਹਾਈਐਸਟ ਪੋਸਟ ਆਫਿਸ, ਉੱਥੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਥੋੜ੍ਹਾ, ਇੱਥੇ ਦਿਖਾਈ ਆ ਦੁਕਾਨ ਬਣੀ ਸ਼ੋਪ ਛੋਟੀ ਜਿਹੀ, ਇੱਥੋਂ ਤੁਸੀਂ ਕੋਈ ਸਮਾਨ ਲੈ ਕੇ ਉੱਧਰੋਂ ਵੀ ਕੁਛ ਵੀ ਪੋਸਟ ਕਰ ਸਕਦੇ ਹਾਂ, ਜੇ ਤੁਸੀਂ ਯਾਦ ਬਣਾਉਣੀ ਚਾਹੁੰਦੇ ਵੀ ਅਸੀਂ ਵੀ ਆਪਣਾ ਇੱਥੋਂ ਪੋਸਟ ਕੀਤਾ ਸੀ ਆਪਣੇ ਐਡਰੈਸ ਦੇ ਉੱਤੇ, ਹੈ ਨਾ। ਉਹ ਇਹ ਪਤਾ ਨਹੀਂ ਪਹੁੰਚਦੀ ਜਾਂ ਨਹੀਂ ਪਹੁੰਚਦੀ, ਕਈ ਵਾਰੀ ਸੁਣਿਆ ਵੀ ਜਲਦੀ ਪਹੁੰਚਦੀ ਨਹੀਂ ਕੋਈ ਚੀਜ਼, ਬਾਕੀ ਚੱਲਦੇ ਉੱਧਰ ਆਪਾਂ। ਦੇਖ ਸਕਦੇ ਤੁਸੀਂ ਵਿਸ਼ਵ ਕੇ ਸਭਸੇ ਉਚਾਈ ਪਰ ਸਥਿਤ ਸ਼ੱਖ ਡਾਕਘਰ ਹਿਕਮ ਮੈਂ ਆਪਕਾ ਸਵਾਗਤ ਹੈ। ਲਓ ਜੀ ਮਹਾਰਾਜ, ਵਿਸ਼ਵ ਮਤਲਬ ਸਾਰੇ ਪਾਸੇ, ਮਤਲਬ ਕਿੰਨੇ ਕਿੰਨੇ ਮੀਟਰ 'ਤੇ ਆ ਅਤੇ ਹਾਈਟ ਆ ਜੀ, ਜੇ ਫੁੱਟਾਂ ਹਿਸਾਬ ਲਿਖੇ 14567 ਫੁੱਟ 'ਤੇ। ਇੱਥੇ ਅਸੀਂ ਰੂਮ ਲਿਆ ਸੀ, ਉਹ ਸਾਹਮਣੇ ਘਰ ਆ, ਇੱਥੇ ਰੁਕੇ ਸੀ, ਅਤੇ ਕਿਆ ਬਾਤ ਆ ਯਾਰ। ਲਓ ਜੀ ਦੇਖ ਸਕਦੇ ਤੁਸੀਂ ਸਰ, ਇੱਥੇ ਭੇਜ ਦੇ ਪਏ ਸਰ, ਅਗਰ ਇੱਧਰ ਸੇ ਕੁਛ ਭੇਜਣਾ ਹੋ, ਪੋਸਟ ਕਰਨਾ ਹੋ, ਤਾਂ ਉਹ ਕਿਆ ਹਿਸਾਬ ਕਿਤਾਬ ਉਸਕਾ ਬਤਾ ਸਕਦੇ ਥੋੜ੍ਹਾ, ਅਗਰ ਇੱਧਰ ਸੇ ਕੁਛ ਪੋਸਟ ਕਰਨਾ ਹੋ। ਕਿਤਨਾ ਖਰਚਾ ਆਤਾ ਹੈ ਥੋੜ੍ਹਾ ਇਸਕੇ ਬਾਰੇ ਮੈਂ, ਬਸ 21 ਰੁਪਏ ਕਾ। ਜੈਸੇ ਮਤਲਬ ਕੋਈ ਵੀ ਐਸਾ ਕਾਰਡ ਭੇਜ ਦਿਓ ਆਪਣੇ ਐਡਰੈਸ ਪੇ, ਹੈ ਨਾ। ਤੋ ਸਰ ਕੋਈ ਵੀ ਫਿਰ ਕਾਰਡ ਦੇ ਦੀਜੀ, ਮੈਂ ਭੇਜ ਦਿੱਤੇ, ਪਹੁੰਚ ਜਾਏਗਾ ਕਿ ਨਹੀਂ ਪਹੁੰਚੇਗਾ? ਠੀਕ ਹੈ, ਇਹ ਕਹਦਾ ਹੀ ਕਾਰਡ ਭੇਜ ਦਿਓ ਬਸ, ਦੋ ਭੇਜ ਦਿਓ ਯਾਰ, ਤਿੰਨ ਭੇਜ ਦਿਓ, ਕੋਈ ਚੱਕਰ ਨਹੀਂ ਹੈਗਾ। ਆਉਂਦਾ ਆ ਘਰੇ ਜਾਂ ਨਹੀਂ ਆਉਂਦਾ, ਜਾਊਗਾ ਉਹ ਵੀ ਤੁਹਾਨੂੰ ਵਲੌਗ 'ਚ ਦੱਸਾਂਗੇ। ਤੁਸੀਂ ਇੱਧਰ ਅੰਕਲ, ਇੱਧਰ ਕੇ ਲੋਕਲ ਕਿਹੋ ਆਪ? ਸਹੀ ਹੈ, ਕਿਤਨੇ ਵਜੇ ਖੁੱਲ ਜਾਤਾ ਇਹ? 10 ਵਜੇ ਸੁਬਹਾ, 10 ਵਜੇ ਤੋਂ ਸ਼ਾਮ, ਸ਼ਾਮ ਕਿਤਨੇ ਵਜੇ ਤੱਕ ਰਹਿਤਾ? 4 ਵਜੇ ਆਪਾਂ ਇੱਥੋਂ ਪੋਸਟ ਕਰਤੀ ਆ ਫੋਟੋ, ਅਤੇ ਬਹੁਤ ਵਧੀਆ ਲੱਗਾ, ਅਤੇ ਦੱਸਣ ਵਾਲੇ ਤਾਂ ਹੋਵਾਂਗੇ ਯਾਰ, ਇੰਨੀ ਉਚਾਈ ਦੇ ਉੱਤੋਂ ਆਪਾਂ ਦੇਖ, ਭਾਰਤੀ ਡਾਕ ਹੈ ਇੰਡੀਆ ਪੋਸਟ, ਵਰਲਡ ਦੇ ਹਾਈਐਸਟ, ਬਾਰ ਬਾਰ ਕਹਿ ਰਿਹਾ ਮੈਂ,
ਤੇ ਇੱਥੋਂ ਪੋਸਟ ਕਰਤੀ, ਦੇਖਾਂਗੇ ਪਹੁੰਚਦਾ ਕਿ ਨਹੀਂ ਪਹੁੰਚਣਾ ਚਾਹੀਦਾ। ਅੰਕਲ ਕਹਿੰਦਾ ਪਹੁੰਚੂਗਾ ਜ਼ਰੂਰ। ਉਹ ਵੀ ਭਾਜੀ ਹੁਣੀ ਵੀ ਆਪਾਂ ਨੂੰ ਮਿਲੇ ਪੰਜਾਬ ਤੋਂ। ਉੱਦਾਂ ਇੱਥੇ ਭਾਜੀ ਪੰਜਾਬ ਦੇ ਲੋਕ ਘੱਟ, ਹਾਲੇ ਤੱਕ ਇੱਥੇ ਰਾਜ ਰੁਕੇ ਨਾ, ਇੱਥੇ ਕੋਈ ਨਹੀਂ ਸੀਗਾ ਪੰਜਾਬ ਦਾ, ਹੋਰ ਵੀ ਕੋਈ ਹੈ ਨਹੀਂ ਸੀਗਾ ਬੰਦਾ। ਤੇ ਕਿਹੜੇ ਏਰੀਆ ਭਾਜੀ ਤੁਹਾਡਾ? ਸਾਨੂੰ ਤਾਂ ਪਤਾ ਲੱਗ ਗਿਆ, ਵੀਡੀਓ ਚ ਦੱਸ ਦਈਏ ਆਪਾਂ। ਮਾਨਸਾ ਭਾਈ। ਮਾਨਸਾ ਜੀ, ਮਾਨਸਾ ਤੋਂ ਕਿੱਧਰ? ਸਿੱਧੂ ਮੂਸੇਵਾਲੇ ਏਰੀਆ ਚ ਹੋਣਾ? ਹਾਂਜੀ ਹਾਂ। ਤੇ ਉਹਦਾ ਪਿੰਡ ਕਿੱਥੇ? ਮੂਸੇਵਾਲੇ ਕੋਲ ਹੀ ਹੈ ਜੀ, ਪਿੰਡ ਖਿਆਲਾ। ਅੱਛਾ, ਕੀ ਬਾਤ! ਤੁਸੀਂ ਤਾਂ ਫਿਰ ਮਿਲੇ ਮਿਲੇ ਹੋਣਾ? 8-9 ਕਿਲੋਮੀਟਰ ਹੀ ਆ। ਹਾਂ, ਬਹੁਤ ਵਾਰੀ ਭਾਈ, ਕਿਉਂਕਿ ਤੁਹਾਡਾ ਅਸੀਂ ਵੀ ਉਦੋਂ ਕਾਫੀ ਵਾਰ ਗਏ ਆ ਉੱਥੇ, ਪਰ ਜਦੋਂ ਡੈਥ ਹੋਈ ਉਦੋਂ ਬਾਅਦ ਹੀ ਗਏ, ਪਹਿਲਾਂ ਨਹੀਂ ਜਾ ਹੋਇਆ। ਤੁਸੀਂ ਭਾਈ ਤੁਹਾਡਾ? ਮੇਰਾ ਪਿੰਡ ਉਤਾਲੀ ਆ ਬਾਈ। ਚਮਨ ਨਾਲ ਅਗਲਾ ਪਿੰਡ ਹੀ ਆ ਮੇਰਾ ਤਾਂ, ਹਿੱਸੇ ਦੇ ਨਾਲ ਜਮਾ। ਪਹਿਲੀ ਵਾਰ ਆਏ ਇੱਥੇ? ਹਾਂ ਭਾਈ। ਇਹ ਭਾਜੀ ਹੁਣੀ ਆਏ ਨਾਰਕੰਡਾ ਵੱਲ ਦੀ, ਆਪਣੇ ਸ਼ਿਮਲੇ ਵੱਲ ਦੀ ਹੋ ਗਏ ਨਾ, ਜਾਣਾ ਮਨਾਲੀ ਵੱਲ ਦੀ। ਅਸੀਂ ਮਨਾਲੀ ਵੱਲ ਦੀ ਆ ਗਏ, ਹੁਣ ਸਾਡਾ ਰੂਟ ਸ਼ਿਮਲੇ ਵੱਲ ਦੀ ਉਲਟ ਹੋ ਗਿਆ ਕੰਮ। ਤੇ ਰਾਤ ਭਾਈ ਕਿੱਥੇ ਰੁਕੇ ਤੁਸੀਂ? ਕਾਜਾ ਦੇ ਵਿੱਚ। ਸਹੀ ਆ, ਉੱਥੇ ਠੰਡ ਕਿੰਨੀ ਸੀ ਮੌਸਮ? ਹਾਂ ਨਹੀਂ ਸਹੀ ਆ, ਇੰਨਾ ਇੰਨਾ ਕੀ ਹੈ ਸਵੇਰੇ ਇੱਥੇ ਭਾਜੀ। ਉਹ ਸਾਹਮਣੇ ਇੱਥੇ ਰੁਕੇ ਸੀ ਸਵੇਰੇ, ਜਦੋਂ ਪਾਣੀ ਅਸੀਂ ਲੈਣ ਲੱਗੇ ਨਾ, ਬਰਫ਼ ਜੰਮੀ ਸੀ ਪੂਰੀ ਪਾਣੀ ਦੀ। ਹਾਂ, ਇਹ ਜ਼ਿਆਦਾ ਹਾਈਟ ਤੇ। ਹਾਂ ਸਹੀ ਗੱਲ। ਦੇਖ ਲਓ ਜੀ, ਸਵੇਰੇ ਅਸੀਂ ਅਸੀਂ ਕੋਈ ਨਹੀਂ ਸੀਗਾ ਇੱਥੇ, ਆਹ ਦੇ ਲਓ ਰਸ਼ ਪੈ ਗਿਆ, ਟਾਈਮ ਹੋ ਗਿਆ 10:30 ਇੱਥੇ ਖੜੇ ਹੋਏ ਹਾਂ। ਭਾਜੀ ਹੁਣੀ ਸਾਨੂੰ ਮਿਲੇ ਸੀਗੇ ਮਨਾਲੀ ਤੋਂ ਕਾਜਾ ਆਉਂਦੇ ਨੂੰ, ਹਾਫ ਰਾਸ ਦੇ ਵਿੱਚ ਪੁਲ ਤੇ। ਹੁਣ ਹੈਲਮਟ ਪਾਇਆ, ਤੁਹਾਨੂੰ ਪਤਾ ਨਹੀਂ ਲੱਗਣਾ, ਬੰਦੇ ਸਾਰੇ ਮਿਲੀ ਜਾਂਦੇ ਆ, ਹੋਰ ਵੀ ਬਹੁਤ ਬੰਦੇ ਪੰਜਾਬੀ ਆਪਣੇ ਆਏ ਆ। ਬਾਕੀ ਭਰਿਆ ਪਿਆ ਸਾਰਾ, ਦੇਖ ਸਕਦੇ ਤੁਸੀਂ। ਹੈਦਰਾਬਾਦ ਤੋਂ? ਕਿਆ ਬਾਤ, ਬਹੁਤ ਅੱਛਾ। ਤੋ ਬਾਈਕ ਇੱਧਰ ਸੇ ਮਨਾਲੀ ਸੇ? ਬਾਈਕ ਬਹੁਤ ਅੱਛਾ ਅੱਛਾ। ਪਹਿਲੀ ਵਾਰ ਆਗੋ? ਪਹਿਲੀ ਵਾਰ ਆਇਆ ਨਾ, ਠੀਕ ਹੈ। ਥੋੜਾ ਇਹ ਪਹਿਨ ਕੇ ਰੱਖਣਾ, ਠੰਡ ਲੱਗਦੀ ਹੈ, ਸਿਹਤ ਖਰਾਬ ਹੋ ਜਾਂਦੀ ਫਿਰ। ਫੋਟੋਸ ਮੈਂ ਪੂਰਾ ਹੋਈ ਹੈ ਹਮਾਰਾ, ਇੱਕ ਬੰਦਾ ਹੋ ਗਿਆ ਸਾ ਅਸੀਂ ਸੀਗਾ, ਕੋਈ ਨਹੀਂ ਸੀਗਾ। ਦੇ ਲਓ ਲਾਈਨਾਂ ਲੱਗ ਗਈਆਂ, ਸਾਰੇ ਪੋਸਟ ਕਰ ਰਹੇ ਫੋਟੋ ਆਪਣੇ ਘਰੇ, ਤੇ ਵਧੀਆ ਰਹਿ ਗਏ। ਇਹਦਾ ਮਤਲਬ ਜੇ ਤੁਸੀਂ ਆਉਣਾ ਹੈ ਘੱਟੋ ਘੱਟ 8:30-8 ਵਜੇ ਇੱਥੇ ਪਹੁੰਚ ਜਾਓ, ਤੇ ਇਹ ਨਜ਼ਾਰਾ ਜਿੱਦਾਂ ਮਰਜ਼ੀ ਸ਼ੂਟ ਕਰ ਸਕਦੇ ਜੀ ਆਪਣਾ। ਤਰੋ ਵਰਲਡ ਦੇ ਹਾਈਐਸਟ ਪੋਸਟ ਆਫਿਸ ਦੇ ਉੱਤੇ ਬੈਠ ਕੇ ਚਾਹ ਪੀ ਰਹੇ ਆਪਾਂ, ਇਹ ਵੀ ਇੱਕ ਮਿਸਾਲ ਹੀ ਪੈਦਾ ਹੋ ਗਈ ਆਪਣੇ ਲਈ, ਸਹੀ ਕਿ ਨਹੀਂ ਭਰਾ? ਜਾਂ ਭਰਾ ਹੁਣੀ ਆਪਣੇ ਦੇਖ ਸਕਦੇ, ਉਹ ਜਿਹੜੇ ਆਂਟੀ ਜੀ ਬੈਠੇ ਹੋਏ ਨੇ, ਇਹਨਾਂ ਦੇ ਅਸੀਂ ਘਰੇ ਰੁਕੇ ਹੋਏ ਸੀਗੇ, ਉਹ ਸਾਹਮਣੇ ਘਰ ਆ ਤੇ ਇੱਥੇ ਆਪਣੀ ਸ਼ੋਪ ਵੀ ਲਾਉਂਦੇ ਆ। ਚਾਚੀ ਨਾਰਾਜ਼ ਹੋ ਗਈ, ਤੁਸੀਂ ਮਿਲ ਕੇ ਵੀ ਨਹੀਂ ਆਏ। ਬਾਕੀ ਆ ਦੇਖ ਸਕਦੇ ਤੁਸੀਂ ਪੋਸਟ ਆਫਿਸ, ਇੱਥੇ ਬਿਲਕੁਲ ਅਸੀਂ ਇਹਨਾਂ ਦਾ ਬਣਿਆ ਹੋਇਆ ਕੰਟੀਨ ਇੱਥੇ ਬੈਠੇ ਹਾਂ। ਬਸ ਹੁਣ ਆਪਾਂ ਨਿਕਲਣ ਲੱਗੇ ਇੱਥੋਂ, ਬਾਕੀ ਤੁਹਾਨੂੰ ਰਾਸਤੇ ਦੇ ਨਜ਼ਾਰੇ ਦਿਖਾਉਂਦੇ ਜਾਵਾਂਗੇ, ਬਣੇ ਰਹੋ ਬਲੌਗ ਦੇ ਨਾਲ, ਠੀਕ ਹੈ ਜੀ। 11:09 ਹੋ ਚੁੱਕੇ ਆ, ਆਪਾਂ ਤੁਹਾਨੂੰ ਦੱਸਿਆ ਮਨਾਲੀ ਤੋਂ ਆਏ ਸੀ ਤੇ ਹੁਣ ਆਪਾਂ ਜਾਣਾ ਸ਼ਿਮਲੇ। ਆਪਾਂ ਲੋਕੇਸ਼ਨ ਲਾਈ ਹੋਈ ਹੈ ਨਾਰਕੰਡਾ, ਨਾਰਕੰਡਾ ਇੱਥੋਂ ਦਾ 430 ਕਿਲੋਮੀਟਰ, ਇੱਕ ਤਾਂ ਨੈਵੀਗੇਸ਼ਨ ਦਿਖਾਉਣਾ ਆ, ਇੱਧਰੋਂ ਮਨਾਲੀ ਤੋਂ ਰਾਸਤਾ ਆ ਕਾਜਾ ਦਾ, ਤੇ ਇੱਧਰੋਂ ਸ਼ਿਮਲੇ ਤੋਂ ਰਾਸਤਾ ਆਇਆ, ਠੀਕ ਆ ਜੀ, ਚੰਡੀਗੜ੍ਹ ਤੋਂ। ਉਹ ਸਾਰੇ ਤੁਹਾਨੂੰ ਦਿਖਾ ਦੇਣਾ, ਤੁਸੀਂ ਦੇਖ ਰਹੇ ਹੋਣੇ ਆ। ਲਓ ਜੀ, ਆਪਾਂ ਪਹਿਲੀ ਸਟੇਜ ਆਉਣੀ ਆ ਤਬੋ। ਤਬੋ ਸੀ ਨਾ ਬਾਈ? ਤਾਬੋ। ਤਾਬੋ ਤੇ ਉਹ ਹੈਗਾ ਆ 2-5 ਘੰਟੇ ਦਾ ਰਾਸਤਾ, 232 ਕਿਲੋਮੀਟਰ ਮਤਲਬ ਨਾਰਕੰਡੇ ਜਾਂਦੇ ਆ, ਰਾਸਤੇ 'ਚ ਆਉਂਦਾ ਆ। ਬਾਕੀ ਇੱਦਾਂ ਹੀ ਰੋਟੀ ਪਾਣੀ ਕਿਤੇ ਖਾਣਾ ਉਦੋਂ ਰੁਕ ਲਾਂਗੇ, ਉੱਦਾਂ ਵੈਸੇ ਹੁਣ ਜ਼ਿਆਦਾ ਰੁਕਣਾ ਨਹੀਂ ਕਿਤੇ, ਹੁਣ ਸਾਨੂੰ ਖਿੱਚਣੀ ਆ ਗੱਡੀ ਬਸ ਹੀ। ਬਾਕੀ ਤੁਹਾਨੂੰ ਵਿਊ ਦਿਖਾਉਂਦੇ ਜਾਵਾਂਗੇ, ਠੀਕ ਆ ਜੀ। ਨਿਕਲ ਰਹੇ ਆਪਾਂ ਹਿੱਕਮ ਤੋਂ, ਹੁਣ ਜਾ ਰਹੇ ਹਾਂ।
ਬਾਕੀ ਇੱਕ ਤੁਹਾਨੂੰ ਗੱਲ ਦੱਸਦੀ ਆ ਮਿੱਤਰੋ, ਦੇਖੋ ਅਸੀਂ ਸਵੇਰ ਦੇ ਸਿਰਫ ਚਾਹ ਪੀਤੀ ਆ, ਕੁਛ ਨਹੀਂ ਖਾਧਾ ਹਾਲੇ ਤੱਕ, ਵੀ ਭੁੱਖੇ ਆ ਤੇ ਟਾਈਮ ਦੇਖ ਲਓ 12-17 ਹੋ ਗਏ, ਠੀਕ ਆ, ਕੁਛ ਨਹੀਂ ਖਾਧਾ, ਨਾ ਬਾਹਲੀ ਭੁੱਖ ਲੱਗਦੀ ਹੈਗੀ, ਪਰ ਏਦਾਂ ਰਾਹ ਰੂਹ ਦੇਖ ਕੇ ਨਾ ਰਾਸਤੇ ਸੋਹਣੇ ਸੋਹਣੇ ਤੇ ਆਪਾਂ ਨੂੰ ਭੁੱਖ ਮਿਟ ਜਾਂਦੀ, ਅਸੀਂ ਤਾਂ ਨਹੀਂ ਬਾਹਲਾ ਖਾ ਰਹੇ। ਉੱਥੇ ਮੈਗੀ ਸਾਡੇ ਤੋਂ ਆਪਸ਼ਨ ਸੀਗੀ ਸਵੇਰੇ, ਮੈਗੀ ਜਿੱਥੇ ਅਸੀਂ ਰੁਕੇ ਸੀ ਨਾ, ਆਂਟੀ ਕਹਿੰਦੇ ਤੈਨੂੰ ਮੈਗੀ ਦੇ ਦਿੰਦੇ ਹਾਂ, ਅਸੀਂ ਕਿਹਾ ਨਹੀਂ। ਵਜ੍ਹਾ ਕੀ ਆ, ਆਹ ਦੇਖ ਸਕਦੇ ਪਿੱਛੇ ਭਾਜੀ ਹੋਣਾਂ ਦੀ ਸਿਹਤ ਢਿੱਲੀ ਆ, ਥੋੜ੍ਹਾ ਢਿੱਡ 'ਚ ਭੁੱਖ ਰੱਖੋ, ਜਿੱਦਾਂ 2-3 ਰੋਟੀਆਂ ਦੀ ਭੁੱਖ ਆ, ਤੁਸੀਂ 2 ਖਾ ਲਓ, 1.5 ਖਾ ਲਓ, ਫਿਰ ਬੰਦਾ ਵਧੀਆ ਰਹੂਗਾ। ਬਾਕੀ ਤੁਹਾਡੀ ਇੱਛਾ ਆ, ਰਿਜ਼ਲਟ ਤੁਹਾਡੇ ਸਾਹਮਣੇ ਆ। ਭਾਜੀ ਸਾਡਾ ਥੋੜ੍ਹਾ ਜਿਹਾ ਸੈੱਟ ਨਹੀਂ ਹੈਗਾ, ਹੁਣ ਆਪਾਂ ਬਾਹਲਾ ਕਹਿਣਾ ਨਹੀਂ ਚਾਹੁੰਦੇ, ਠੀਕ ਆ, ਮਤਲਬ ਨਹੀਂ ਪਤਾ ਸੀ, ਪਹਿਲੀ ਵਾਰ ਆਇਆ ਹੋ ਭਾਜੀ। ਆਪਾਂ ਹੁਣ ਇਸ ਟਾਈਮ ਜੀ ਪੋਸਟ ਆਫਿਸ ਤੋਂ ਲੋਕੇਸ਼ਨ ਲਾਈ ਸੀ ਕਾਜਾ, ਕਾਜਾ ਤੋਂ ਹੁਣ ਆਪਾਂ ਤਾਬੋ ਭਰਿਆ, ਹੁਣ ਤਾਬੋ ਚੱਲਦੇ, ਫਿਰ ਤਾਬੋ ਤੋਂ ਗਾਂਹ ਤੁਹਾਨੂੰ ਦੱਸਾਂਗੇ ਨਾਲ ਦੱਸਾਂਗੇ ਜਿੱਦਾਂ ਤੁਸੀਂ ਜਾਈ ਜਾਂਦੇ। ਕਈ ਵਾਰੀ ਲੋਕੇਸ਼ਨ ਤਾਂ ਪਤਾ ਨਹੀਂ ਲੱਗਦਾ, ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਇੱਧਰ ਇੱਧਰ ਹੋ ਕੇ ਤੁਸੀਂ ਚੰਡੀਗੜ੍ਹ ਵੱਲ ਸਾਈਡ ਦੀ ਆ ਨਾ, ਸ਼ਿਮਲੇ ਵੱਲ ਦੀ ਜਾਣਾ। ਇਸ ਵਾਰ ਤੁਸੀਂ ਬਹੁਤ ਵੀਡੀਓ 'ਚ ਵੀ ਉਹ ਚੀਜ਼ ਨਹੀਂ ਸੀ ਵੀ ਸਿੱਧੀ ਆ ਅਤੇ ਪੱਥਰ ਦੇਖੋ ਕਿੱਦਾਂ ਟਿਕਿਆ, ਮਤਲਬ ਪੱਥਰ ਨੂੰ ਸਿਰਫ ਉਂਗਲ ਲਾਉਣ ਦੀ ਲੋੜ ਆ ਅਤੇ ਪੱਥਰ ਹੋਣੀ ਬਿਲਕੁਲ ਸਿੱਧੇ ਥੱਲੇ ਆਉਣੇ। ਤਾਂ ਰੋਡ ਜਾਂਦਾ ਸੀ, ਰੋਡ ਤੋਂ ਥੱਲੇ ਲਾ ਲਈ ਗੱਡੀ, ਆਹ ਦੇਖ ਸਕਦੇ ਤੁਸੀਂ ਨਦੀ ਜਾਂਦੀ ਪਈ ਆ। ਇੱਕ ਉਹ ਗੱਡੀ ਸੀਗੀ, ਉਹਦੇ ਪਿੱਛੇ ਲਾ ਕੇ ਆਪਾਂ ਵੀ ਗੱਡੀ ਰੋਕ ਲਈ ਆਪਣੀ, ਕਿ ਚਲੋ ਘੜੀ 10 ਮਿੰਟ ਰੋਕਦੇ ਹਾਂ ਇੱਥੇ, ਨਾਲੇ ਗੱਡੀ 'ਤੇ ਪਾਣੀ ਪੂਣੀ ਜੇ ਬਚਦਾ ਮਾਰ ਸਕਦੇ ਹਾਂ। ਕਾਫੀ ਟਾਈਮ ਹੋ ਗਿਆ ਸਾਨੂੰ ਤੁਰਿਆਂ ਨੂੰ, ਕਾਫੀ ਕਿਲੋਮੀਟਰ ਹੀ ਆ ਗਏ ਹਾਂ, ਬਸ ਜੋ ਗੱਡੀ 'ਚ ਖਾਣ ਪੀਣ ਸੀਗਾ ਸਾਰਾ ਖਤਮ ਹੋ ਗਿਆ, ਇੱਦਾਂ ਸਮਾਨ ਖਾ ਕੇ ਗੁਜ਼ਾਰਾ ਕਰਨ ਦੇ ਅਸੀਂ, ਅਤੇ ਹੁਣ ਸਾਨੂੰ ਬਸ ਇਹੀ ਆ ਵੀ ਕੋਈ ਢਾਬਾ ਆ ਜਾਵੇ ਤਾਂ ਰੁਕੀਏ, ਹੁਣ ਤੁਹਾਨੂੰ ਆਪਾਂ ਢਾਬੇ 'ਤੇ ਮਿਲਦੇ ਜਾਣਗੇ, ਠੀਕ ਹੈ ਜੀ। ਜੀ ਸਾਨੂੰ ਇੱਥੇ ਮਿਲੇ ਹੋਏ ਭਾਜੀ ਹੁਣੀ, ਇਹ ਤੁਸੀਂ ਦੇਖ ਸਕਦੇ ਆ, ਇਹ ਆਏ ਇੰਗਲੈਂਡ। ਵਾਟ ਯੂਰ ਨੇਮ? ਪੀਤਾ। ਐਂਡ ਯੂ? ਲੀਲੀ। ਇਹ ਸਾਈਕਲ 'ਤੇ ਆਏ ਹੋਏ ਆ, ਇਹ ਇੰਗਲੈਂਡ ਤੋਂ ਦੇਖ ਸਕਦੇ, ਇਹਨਾਂ ਦੇ ਸਾਈਕਲ ਇੰਗਲੈਂਡ ਦੇ ਆ, ਅਤੇ 3 ਵਾਰੀ ਵਿਜ਼ਿਟ ਕਰ ਲਿਆ ਇਹਨਾਂ ਨੇ, ਅਤੇ ਕਿੰਨੇ ਵਧੀਆ ਜਿਗਰੇ ਵਾਲੇ ਦੇਖ ਲਓ, ਆਪਣੇ ਬੰਦੇ ਦੇਖ ਲਓ, ਇੱਥੇ ਗੱਡੀਆਂ 'ਚ ਬਹਿ ਬਹਿ ਕੇ ਜਾਂਦੇ ਆ, ਅਤੇ ਐਨ ਪੂਰਾ ਜ਼ਿੰਦਗੀ ਦਾ ਇੰਜੋਏ ਇਹੀ ਕਰਦੇ। ਠੀਕ ਹੈ ਸਰ, ਥੈਂਕ ਯੂ, ਬਹੁਤ ਅੱਛਾ ਲੱਗਾ, ਨਾਈਸ ਟੂ ਮੀਟ ਯੂ, ਥੈਂਕ ਯੂ। ਐਨੀ ਮੈਸੇਜ ਟੂ ਆਰ ਆਡੀਅੰਸ ਔਰ ਪੀਪਲ? Yeah, you should try cycling, it's incredible. It's difficult, but it's not as difficult as it looks. So you see a lot more than you do on a motorbike or in a car. ਇਹਦੇ ਕਹਿੰਦੇ ਵੀਡੀਓ ਬਣਾਓ, ਕੋਈ ਚੱਕਰ ਨਹੀਂ, ਆਪਣੀ ਪਰਮਿਸ਼ਨ ਲੈ ਕੇ ਫਿਰ ਵੀਡੀਓ ਬਣਾਈ ਉਹਨਾਂ ਦੀ, ਅਤੇ ਬਾਕੀ ਦੇਖ ਲਓ ਯਾਰ ਕਿੱਡਾ ਦਿਲ ਆ, ਯੂਰਪ ਤੋਂ ਇੰਗਲੈਂਡ ਤੋਂ ਸਾਈਕਲ 'ਤੇ ਆਏ ਆ, ਹੁਣ ਇਹ ਨਹੀਂ ਪਤਾ ਕਿੰਨੇ ਦਿਨਾਂ 'ਚ ਆਏ ਕਿੰਨੇ 'ਚ ਨਹੀਂ, ਪਰ ਦਿਲ ਵਾਲੀ ਗੱਲ ਆ ਨਾ, ਛੇਡਾ ਜਿਗਰਾ, 6 ਮਹੀਨੇ ਲੱਗ ਗਏ ਹੈ ਨਾ ਯਾਰ, ਨਜ਼ਾਰੇ ਤਾਂ ਇਹਨਾਂ ਦੇ ਆ, ਵਧੀਆ ਯਾਰ, ਬਹੁਤ ਵਧੀਆ। ਅਸੀਂ ਕਿਹਾ ਪੰਜਾਬ ਆਇਓ, ਪੰਜਾਬ ਵੀ ਘੁੰਮ ਕੇ ਜਾਇਓ, ਵੀ ਪੰਜਾਬ ਕਹਿੰਦੇ ਸੀ ਆਏ ਨਹੀਂ, ਕਿ ਬਹੁਤ ਵਧੀਆ ਜਗ੍ਹਾ ਆ, ਪੁੱਛਦੇ ਕਿਹੜੀ ਮਤਲਬ ਕਿਹੜਾ ਟਾਈਮ ਹੋਣਾ ਚਾਹੀਦਾ ਪੰਜਾਬ 'ਚ ਘੁੰਮਣਾ, ਜਿਹੜਾ ਮਰਜ਼ੀ ਟਾਈਮ ਆਓ, ਕੋਈ ਚੱਕਰ ਨਹੀਂ ਹੈਗਾ। ਇੱਥੇ ਰੁਕੇ ਸੀਗੇ, ਇੱਥੇ ਨੈਟਵਰਕ ਇੱਕਦਮ ਆ ਗਿਆ, ਮੈਂ ਵੀਡੀਓ ਅਪਲੋਡ ਕਰਦਾ ਪਿਆ, ਅਤੇ ਵਜ੍ਹਾ ਇਹ ਆ ਵੀ ਆਹ ਦੇਖੋ ਟਾਵਰ, ਜੀਓ ਦੀ ਸਿਮ ਹੈਗੀ ਆ ਰੇਂਜ ਇੱਥੇ, ਇੱਦਾਂ ਆ ਵੀ ਥੋੜ੍ਹੇ ਜਿੱਦਾਂ ਥੋੜ੍ਹਾ ਅੱਗੇ ਨਿਕਲ ਕੇ ਫਿਰ ਨੈਟਵਰਕ ਨਹੀਂ ਆਉਣਾ, ਕਿਤੇ ਕਿਤੇ ਮਾੜਾ ਮੋਟਾ ਨੈਟਵਰਕ ਆਉਂਦਾ ਆ, ਜਿੱਥੇ ਆਉਂਦਾ ਆ ਉੱਥੇ ਆਪਾਂ ਫਾਇਦਾ ਲਈਦਾ। ਮਿੱਤਰੋ ਤਾਬੋ 'ਚ ਆਪਾਂ ਐਂਟਰ ਹੋ ਗਏ, ਇੱਥੇ ਆਪਾਂ ਰੋਟੀ ਪਾਣੀ ਖਾਂਦੇ ਹਾਂ। ਲਓ ਜੀ ਫਾਈਨਲੀ ਸਾਨੂੰ ਮਿਲ ਗਿਆ, ਇੱਥੇ ਰਾਸਤੇ 'ਚ ਕੋਈ ਢਾਬੇ ਨਹੀਂ ਆਉਂਦੇ, ਕਿੰਨੇ ਕਿਲੋਮੀਟਰ ਬਾਅਦ ਚਲੋ ਸਵੇਰ ਦੇ ਤੁਰੇ ਹਾਂ, ਹੁਣ ਇੱਥੇ ਜਾ ਕੇ ਸਾਨੂੰ ਮਿਲਿਆ ਹਿਮਾਲਿਆ ਤਾਬੋ। ਬਾਕੀ ਇੱਥੇ ਗੱਡੀ ਲੱਗ ਗਈ, ਆਪਣੀ ਲੋਕੇਸ਼ਨ ਬਹੁਤ ਸੋਹਣੀ ਆਉਂਦੀ। ਕਿਉਂ ਐਸੇ ਕਰ ਰਹੇ ਹੋ? ਹੈਂ, ਮਤ ਕਰੋ ਐਸੇ, ਗਿਰਨ ਮਤ ਜਾਣਾ ਨਾ, ਚੋਟ ਲੱਗ ਜਾਏਗੀ। ਅਗਰ ਚੋਟ ਲੱਗ ਗਈ ਫਿਰ ਬਤਾਓ, ਪਾਈਪ ਤਾਂ ਹੈ ਲੇਕਿਨ ਧਿਆਨ ਰੱਖੋ ਨਾ ਆਪਣਾ। ਮੰਮੀ ਪਾਪਾ ਕਹਾਂ ਪਰ ਹੈ ਤੁਹਾਰੇ? ਬਤਾਊ ਉਨਕੋ ਮੈਂ ਅਭੀ ਕਿ ਐਸੇ ਕਰ ਰਹੇ ਹੈ।
ਟਿਊਸ਼ਨ ਮੈਂ ਵੀ ਫੋਨ ਕਰ ਦਿੱਤਾ ਤੁਹਾਡੇ ਪਾਪਾ ਕੋ ਕਿ ਐਸੇ ਖੇਡ ਰਿਹਾ ਤੇ ਚੋਟ ਲੱਗ ਜਾਏਗੀ, ਫਿਰ ਕਰ ਦੂੰ ਫੋਨ ਹੈ ਬਤਾਓ। ਆਪਕਾ ਮਰਜ਼ੀ ਨਹੀਂ, ਬਹੁਤ ਮਰਜ਼ੀ ਤਾਂ ਆਪਕਾ ਹੀ ਹੈ, ਲੇਕਿਨ ਆਪ ਚੋਟ ਮਤ ਲਗਾ ਲੈਣਾ, ਧਿਆਨ ਰੱਖੋ ਐਸੇ ਹੱਥ ਮਤ ਚੋਟੋ, ਦੇਖ ਲਓ ਮੇਰਾ ਮਰਜ਼ੀ। ਹਮ ਤੋ ਇਸ ਲਈ ਬੋਲ ਰਹੇ ਨਾ ਕਿ ਚੋਟ ਨਾ ਲੱਗ ਜਾਏ, ਬੱਚਾ ਹੈ ਛੋਟਾ ਅਭੀ ਇਤਨਾ, ਬੜੇ ਬੱਚੇ ਛੋਟੋ ਬੱਚੋ ਕੋ ਸਮਝਾ ਦਿੱਤੇ ਹੈ ਨਾ। ਤਾਬੋ ਸ਼ਹਿਰ 'ਚ ਖੜੇ ਹਾਂ ਰੋਟੀ ਖਾਣ ਲਈ, ਅਤੇ ਆਪਣੀ ਗੱਡੀ ਖੜੀ ਆ ਸਾਹਮਣੇ, ਦੇਖੋ ਤੁਸੀਂ ਮੇਨ ਗੇਟ ਆ, ਅਤੇ ਆਹ ਰੈਸਟੋਰੈਂਟ ਬਣਿਆ ਹੋਇਆ ਜਿੱਥੇ ਆਪਾਂ ਰੋਟੀ ਪਾਣੀ ਖਾਣਾ, ਫਿਰ ਤੋਂ ਆਪਾਂ ਨਿਕਲ ਜਾਣਾ ਆ। ਇੱਥੇ ਮਤਲਬ ਅਸੀਂ ਰੋਟੀ ਪਾਣੀ ਸਾਡਾ ਤਿਆਰ ਹੁੰਦਾ ਪਿਆ। ਆਹ ਮੈਂ ਇੱਦਾਂ ਥੋੜ੍ਹਾ ਜਿਹਾ ਤੁਹਾਨੂੰ ਦਿਖਾਈਏ ਸੇਬ, ਦੇਖੋ ਤੋੜ ਤਾਂ ਨਹੀਂ ਸਕਦੇ ਆਪਾਂ, ਪਰ ਇੱਥੇ ਠੰਡ ਹੁੰਦੀ ਨਾ, ਠੰਡ 'ਚ ਹੀ ਹੁੰਦੇ ਇਹ, ਗਰਮੀਆਂ 'ਚ ਨਹੀਂ ਹੁੰਦੇ। ਆਹ ਕਿੰਨੀ ਸੋਹਣੀਆਂ ਦੇਖੋ ਸੇਬਾਂ ਦੀ ਬੂਟੇ ਹੈ, ਕਿਆ ਬਾਤ ਹੈ। ਮਿੱਤਰੋ ਰੋਟੀ ਆਪਣੀ ਆ ਗਈ ਆ, ਖਾ ਕੇ ਅਤੇ ਫਿਰ ਨਿਕਲੀਏ ਬਟਾਲ। ਲਓ ਵੀ ਰੋਟੀ ਖਾਣ ਤੋਂ ਬਾਅਦ ਆਪਣੀ ਚਾਹ ਵੀ ਆ ਚੁੱਕੀ, ਦੇਖ ਸਕਦੇ ਤੁਸੀਂ, ਚਾਹ ਪੀਂਦੇ ਹਾਂ ਅਤੇ ਫਿਰ ਨਿਕਲਦੇ ਹਾਂ ਆਪਾਂ। ਰੈਸਟੋਰੈਂਟ ਸਾਹਮਣੇ ਆਉਂਦਾ ਵਿਲੇਜ ਕੈਫੇ ਐਂਡ ਰੈਸਟੋਰੈਂਟ, ਇੱਥੇ ਖਾ ਪੀ ਲਿਆ ਆਪਾਂ, ਅਤੇ ਬਾਕੀ ਇੱਥੇ ਦੇਖ ਸਕਦੇ ਜਿਹੜੀ ਉਚਾਈ ਹੈ ਨਾ ਇੱਥੇ ਦੀ, ਤਾਂ ਵਧੀਆ ਹੈਗੀ 3743 ਮੀਟਰ, ਮਤਲਬ ਹੁਣ ਤਾਂ ਕਾਫੀ ਉੱਚੀ, ਕਾਫੀ ਫੇਰ ਵੀ ਮਤਲਬ ਹੈ ਤਾਂ ਬਹੁਤ ਆ, ਪਰ ਉਸ ਹਿਸਾਬ ਨਾਲ ਸੀਗਾ ਬਹੁਤ ਥੱਲੇ ਆ ਗਏ। ਜਿਹੜਾ ਪੋਸਟ ਆਫਿਸ ਆ ਬਹੁਤ ਜ਼ਿਆਦਾ ਉਚਾਈ 'ਤੇ, ਉੱਥੇ ਰਾਤ ਨੂੰ ਇੰਨੀ ਕੁ ਠੰਡ ਸੀ ਨਾ ਵੀ ਗੱਲ ਹੀ ਛੱਡ ਦਿਉ, ਮਤਲਬ ਆਹ ਗਰਮੀਆਂ ਦਾ ਟਾਈਮ, ਹਾਲੇ ਸਿਆਲ ਤਾਂ ਨਹੀਂ ਸ਼ੁਰੂ ਹੋਏ, ਮਹੀਨੇ ਕੁ ਤੱਕ ਹੋ ਜਾਣਗੇ, ਪਰ ਆਹ ਟਾਈਮ 'ਚ ਵੀ ਇੰਨੀ ਠੰਡ ਸੀ, ਅਤੇ ਸਿਆਲਾਂ 'ਚ ਕੀ ਬਣਦਾ, ਉਹਦਾ ਐਕਸਪੀਰੀਅੰਸ ਜ਼ਰੂਰ ਕਰਾਂਗੇ ਆਪਾਂ। ਬਾਕੀ ਟਾਈਮ ਹੋ ਗਿਆ 4:39, ਨਿਕਲ ਰਹੇ ਆਪਾਂ, ਪਾਣੀ ਖਾ ਲਿਆ ਅਤੇ ਸਾਨੂੰ ਚੇਤਾ ਭੁੱਲ ਗਿਆ ਬਿੱਲ ਦੇਣ ਦਾ। ਉਹ ਭਾਜੀ ਹੁਣ ਦੇਖਿਆ ਜਦੋਂ ਤਾਕੀ ਭੇੜੀ ਨਾਲ ਹੀ ਉੱਠਿਆ, ਕਹਿੰਦਾ ਯਾਰ ਵੈਦਰ ਰਹਿੰਦਾ, ਨਹੀਂ ਨਹੀਂ ਮਜ਼ਾਕ ਕੀਤਾ। ਵੀ 4:55 'ਤੇ ਅਸੀਂ ਤਾਬੋ ਸ਼ਹਿਰ ਤੋਂ ਨਿਕਲ ਚੁੱਕੇ, ਤਾਬੋ ਹੀ ਹੈ ਨਾ ਭਾਜੀ, ਅਤੇ ਨਾਰਕੰਡਾ ਦੀ ਲੋਕੇਸ਼ਨ ਲਾ ਲਈ ਹੈ। ਨਾਰਕੰਡਾ ਇੱਥੋਂ ਹੋ ਗਿਆ 365 ਕਿਲੋਮੀਟਰ, ਜਿੱਥੇ ਤੱਕ ਸਾਡੇ ਤੋਂ ਗੱਡੀ ਚੱਲੀ, ਜੋ ਜੋ ਵਿਊ ਰਾਹ ਜਾਈ ਤਾਂ ਦਿਖਾਉਂਦੇ ਜਾਵਾਂਗੇ, ਜਿੱਥੇ ਸਾਨੂੰ ਲੱਗਾ ਵੀ ਹੁਣ ਥਕਾਵਟ ਹੋ ਗਈ ਜਾਂ ਹਨੇਰਾ ਹੋ ਗਿਆ, ਉੱਥੇ ਆਪਾਂ ਰੂਮ ਲੈ ਲੈਣਾ ਆ, ਠੀਕ ਹੈ ਜੀ। ਬਾਕੀ ਬਣੇ ਰਹੇ ਬਲੌਗ ਦੇ ਨਾਲ, ਅਗਾਂਹ ਕੁਛ ਵੀ ਹੋ ਸਕਦਾ, ਜੋ ਵੀ ਹੈਗਾ ਤੁਹਾਡੇ ਨਾਲ ਹੀ ਚੱਲਦਾ ਜਾਊਗਾ। ਬਾਕੀ ਰੋਟੀ ਪਾਣੀ ਬਹੁਤ ਵਧੀਆ ਸੀਗਾ, ਐਨ ਨਜ਼ਾਰਾ ਆ ਗਿਆ। ਬਾਕੀ ਤੁਸੀਂ ਕਮੈਂਟ ਕਰ ਸਕਦੇ ਜੇ ਰੋਟੀ ਪਾਣੀ ਦਾ ਖਰਚਾ ਤੁਸੀਂ ਕਹਿੰਦੇ, ਆਪਾਂ ਦੱਸ ਸਕਦੇ ਹਾਂ, ਵੈਸੇ ਲੋੜ ਨਹੀਂ ਹੈਗੀ, ਜੇ ਤੁਸੀਂ ਕਹੋਗੇ ਤਾਂ ਆਪਾਂ ਦੱਸ ਦਾਂਗੇ ਕੋਈ ਚੱਕਰ। ਸੇਬ ਦੇ ਆ ਕਿੰਨੇ ਸੋਹਣੇ ਆ ਦੇਖੋ, ਕਾਫੀ ਰਾਸਤੇ ਵਿੱਚ ਆ ਜਿੰਨੇ ਲੱਗੇ ਹੋਏ ਆ, ਸਾਰੇ ਸੇਬ ਹੀ ਲੱਗੇ ਹੋਏ ਆ। ਸਾਡੇ ਤੁਸੀਂ ਯਾਕ ਜਿਹਨੂੰ ਕਹਿੰਦੇ ਆ, ਅਤੇ ਥੋੜ੍ਹੇ ਬਾਲ ਬੁਲ ਘੱਟ ਆ, ਚੜੇ ਚੁੜੇ, ਅਤੇ ਉੱਦਾਂ ਸੋਹਣੇ ਆ, ਇਹ ਤੁਹਾਨੂੰ ਆਮ ਹੀ ਸੜਕਾਂ 'ਤੇ ਮਿਲ ਜਾਣਾ। ਅਸੀਂ 2 ਮਿੰਟ ਰੁਕੇ, ਉਹ ਭਾਜੀ ਸਾਨੂੰ ਫੇਰ ਮਿਲ ਗਏ ਆ, ਅਤੇ ਇਹ ਵੀ ਆ ਰਹੇ ਇੱਧਰੋਂ। ਹੋਰ ਭਾਜੀ ਕਿੱਦਾਂ? ਠੀਕ ਠਾਕ ਭਾਈ। ਆਪਣਾ ਕਿੰਨੀ ਵਾਰੀ ਮੇਲ ਮਿਲਾਪ ਹੋਇਆ? ਦੇਖ ਲਓ ਭਾਜੀ ਵੀ ਉਹਦੇ ਨਾਲ ਹੀ ਵੱਲੋਂ ਆਏ ਸੀ, ਅਤੇ ਹੁਣ ਸਾਨੂੰ ਇਹ ਭਾਜੀ ਲੰਘ ਦੇ ਆਵਾਜ਼ ਮਾਰ ਲਈ, ਆਪਾਂ ਵੀ ਰੁਕੇ 10 ਮਿੰਟ ਲਈ। ਹੋਰ ਸੁਣਾ ਭਾਈ, ਭਾਈ ਨੇ ਗੋਪਰੋ ਲਾਇਆ ਪਰ ਭਾਜੀ ਵਲੋਗਿੰਗ ਨਹੀਂ ਕਰਦੇ। ਭਾਈ ਕਰਦੇ ਵਲੋਗਿੰਗ ਨਹੀਂ? ਮੈਂ ਵਲੋਗਿੰਗ ਨਹੀਂ ਕਰਦਾ, ਬਟ ਆਪਣੇ ਲਈ ਇਹ ਵੀ ਹੁੰਦਾ ਸ਼ੌਂਕ ਕਿ ਇੱਦਾਂ ਵੀ ਸਾਡੇ ਤੋਂ ਡਰੋਨ ਦੀ ਇੱਕ ਬੈਟਰੀ ਪਈ, ਆਪਾਂ ਸੋਚਦੇ ਡਰੋਨ ਸ਼ੋਟ ਲੈ ਲਈਏ, ਕਿਉਂਕਿ ਫਿਰ ਗਾਂਹ ਹਨੇਰਾ ਹੋ ਜਾਣਾ, ਉਹਨਾਂ ਨਾਲ ਰੁਕੇ ਹਾਂ, ਅਤੇ ਫਿਰ ਗਾਂਹ ਦਾ ਡਰੋਨ ਸ਼ੋਟ ਲੈ ਆਉਣਾ। ਅੱਜ ਆਪਾਂ ਡਰੋਨ ਸ਼ੋਟ ਇੱਥੇ ਲੈ ਲੈ, ਲੋਕੇਸ਼ਨ ਦੇਖੋ ਕਿੰਨੀ ਸੋਹਣੀ, ਕਿਆ ਬਾਤ ਹੈ, ਉਹ ਡਰਾ ਦੇ ਮੁੰਡਿਆਂ ਨੇ ਯਾਕ। Thank you.
ਉੱਧਰੋਂ 11 ਵਜੇ 41 ਮਿੰਟ 'ਤੇ ਭਾਅ ਜੀ ਆ, ਤੁਹਾਨੂੰ ਤੁਸੀਂ ਮਿਲੇ ਹੁਣੇ ਪਿੱਛੇ ਸਾਨੂੰ ਮਿਲੇ ਸੀਗੇ, ਇਹ ਪੰਜਾਬ ਤੋਂ ਹੀ ਆ, ਅਤੇ ਇਹ ਭਾਅ ਜੀ ਇੱਥੇ ਇਹਨਾਂ ਨੇ ਰੂਮ ਲੈ ਲਿਆ ਸੀਗਾ, ਆਪਾਂ ਕਿਹਾ ਭਾਅ ਜੀ ਰੂਮ ਲੈ ਕੇ ਰੱਖੋ ਅਤੇ ਆਪਾਂ ਬਸ ਆਉਂਦੇ ਡਿੱਗਣਾ ਹੀ ਆ, ਅਤੇ 11:41 'ਤੇ ਆਪਾਂ ਪਹੁੰਚ ਗਏ ਹਾਂ, ਅਤੇ ਹੁਣ ਤੁਹਾਨੂੰ ਰੂਮ ਦਿਖਾਉਂਦੇ ਕਿੱਦਾਂ ਦਾ ਹੈਗਾ ਕਿੱਦਾਂ ਦਾ ਨਹੀਂ। ਰੂਮ ਦਾ ਟੂਰ ਦੇ ਦਈਏ, ਦੇਖ ਸਕਦੇ ਤੁਸੀਂ ਇੱਕ ਇੱਧਰ ਬੈੱਡ ਲੱਗਾ ਅਤੇ ਇੱਕ ਇੱਧਰ ਬੈੱਡ ਲੱਗਾ, ਬਹੁਤ ਸੋਹਣਾ ਕਮਰਾ ਦੇਖ ਸਕਦੇ, ਅਤੇ ਵਾਸ਼ਰੂਮ ਵੀ ਹੈਗਾ ਆ ਵਧੀਆ, 2000 ਦੇ ਵਿੱਚ ਸਾਨੂੰ ਮਿਲ ਗਿਆ, ਹੋਰ ਕੀ ਚਾਹੀਦਾ, ਇੱਦੂ ਵੱਡੀ ਕੋਈ ਸਾਡੇ ਲਈ ਖੁਸ਼ੀ ਵਾਲੀ ਗੱਲ ਨਹੀਂ। ਆਹ ਭਾਅ ਜੀ ਤੁਸੀਂ ਦੇਖਿਆ ਭਾਅ ਜੀ ਉਹਨਾਂ ਨੇ ਰੂਮ ਲੱਭ ਕੇ ਰੱਖਿਆ ਸੀਗਾ, ਜਿਹਨੇ ਸਾਨੂੰ ਸੰਘਰਸ਼ ਕਰਨਾ ਪੈਣਾ ਸੀਗਾ ਇੱਥੇ, ਹੈ ਨਾ। ਲਓ ਮਿੱਤਰੋ ਪਹੁੰਚ ਗਏ ਆਪਾਂ ਇਸ ਟਾਈਮ ਰੁਕੇ ਹੋਏ ਕਲਪਾ ਸ਼ਹਿਰ ਦੇ ਵਿੱਚ, ਅਤੇ ਟਾਈਮ ਹੋ ਗਿਆ ਜੀ 11:50, ਅਤੇ ਰੂਮ ਤੁਹਾਨੂੰ ਦਿਖਾਈ ਦਿੱਤਾ ਆ, ਬਾਕੀ ਇੱਦਾਂ ਆ ਵੀ ਇਹ ਵਲੋਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਜਿਹਨਾਂ ਨੇ ਵੀਡੀਓ ਦੇਖੀ ਉਹਨਾਂ ਤਹਿ ਦਿਲ ਧੰਨਵਾਦ, ਜਿਹੜੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀ ਆਉਣ ਵਾਲੀ ਵੀਡੀਓ ਤੁਹਾਨੂੰ ਮਿਲਦੀਆਂ ਰਹੇ। ਕੱਲ੍ਹ ਨੂੰ ਇੱਥੋਂ ਨਿਕਲਾਂਗੇ ਨਾਰਕੰਡਾ ਵੱਲ ਦੀ ਹੋ ਕੇ, ਸ਼ਿਮਲੇ ਵੱਲ ਦੀ ਹੋ ਕੇ, ਕੁਫਰੀ ਵੱਲ ਦੀ ਹੋ ਕੇ ਪੰਜਾਬ ਨੂੰ, ਅਤੇ ਲੋਕੇਸ਼ਨਾਂ ਦਿਖਾਉਂਦੇ ਜਾਵਾਂਗੇ, ਅਤੇ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਵਲੋਗ 'ਚ। ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਾਈ, ਸਤਿ ਸ਼੍ਰੀ ਅਕਾਲ।